ਸਤਿ ਸ਼੍ਰੀ ਅਕਾਲ ਜੀ, ਮੈਂ ਹਮਨ ਰਾਜ ਅਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਜੈਸਮੀਨ ਸੈਂਡਰਸ, ਜੋ ਕਿ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਆਵਾਜ਼ ਅਤੇ ਅੰਦਾਜ਼ ਦੇ ਨਾਲ ਆਪਣੀ ਇੱਕ ਪਹਿਚਾਣ ਬਣਾ ਚੁੱਕੀ ਹੈ, ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੁਝ ਫੋਟੋਗ੍ਰਾਫਸ ਤੇ ਵੀਡੀਓ ਸ਼ੇਅਰ ਕੀਤੀਆਂ ਜਿਸ ਵਿੱਚ ਉਹ ਆਪਣਾ ਪਹਿਲਾ ਕਰਵਾ ਚੌਥ ਮਨਾਉਂਦਿਆਂ ਨਜ਼ਰ ਆ ਰਹੀ ਹੈ। ਗੌਰ ਫਰਮਾਉਣ ਵਾਲੀ ਗੱਲ ਇਹ ਹੈ ਕਿ ਇਹ ਕਰਵਾ ਚੌਥ ਜੈਸਮੀਨ ਸੈਂਡਰਸ ਨੇ ਕਿਸ ਲਈ ਰੱਖਿਆ, ਇਸ ਨੂੰ ਉਸਨੇ ਹਾਲੇ ਰਾਜ਼ ਹੀ ਦੇਖਿਆ ਹੈ, ਪਰ ਉਹ ਤਸਵੀਰਾਂ ਤੇ ਵੀਡੀਓ ਆਓ ਦੇਖਦੇ ਹਾਂ। ਜੈਸਮੀਨ ਨੇ ਆਪਣਾ ਪਹਿਲਾ ਕਰਵਾ ਚੌਥ ਕਿਸਦੇ ਲਈ ਰੱਖਿਆ ਸੀਗਾ, ਇਸ ਗੱਲ ਨੂੰ ਉਹਨੇ ਆਪਣੇ ਫੈਨਸ ਨਾਲ ਬਿਲਕੁਲ ਹੀ ਰਾਜ਼ ਰੱਖਿਆ ਹੈ। ਪਰ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਹੈ ਇਸ ਦੇ ਬਾਰੇ, ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।